ਅੱਜ ਕੱਲ ਜਿਹੜੇ ਲੋਕ ਚੁਪਹਿਰਾ ਸਾਹਿਬ ਤੇ ਕਿੰਤੂ ਕਰ ਰਹੇ ਬਾਂਦਰ ਮੂਹੇ ਜੇ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਬੋਲਿਆ ਕਰਦੇ ਸੀ, ਕਹਿੰਦੇ ਦਸਮ ਦੀ ਬਾਣੀ ਉਹ ਕਿਸੇ ਕਾਇਰ ਬੰਦੇ ਨੂੰ ਪੜ੍ਹਨੀ ਤਾਂ ਦੂਰ ਦੀ ਗੱਲ, ਉਹ ਸੁਣਨੀ ਵੀ ਬੜੀ ਔਖੀ ਆ। MLA ਸਾਹਿਬ ਇੱਥੇ ਹਜ਼ੂਰੀ 'ਚ ਖੜ ਕੇ ਕਹਿ ਦੇਣ ਵੀ ਸੱਚੀ ਲੱਗਦਾ ਤੁਹਾਨੂੰ ਉਹ ਬੰਦੇ ਨੇ 300 ਉਹਨੇ ਗਲੇ 'ਚੋਂ ਚੈਨੀ ਲਾਈ ਹੋਏਗੀ। ਜਿਹੜੇ ਬੰਦੇ ਤੁਸੀਂ ਇੱਕ ਗੱਲ ਨੋਟ ਕਰਿਓ ਜੇ ਵੀ ਬਾਬਾ ਦੀਪ ਸਿੰਘ, ਮੈਂ ਇੱਕ ਗੱਲ ਕੀਤੀ ਸੀ ਨਾ ਹੁਣੇ ਵੀ ਗੁਰੂ ਗੋਬਿੰਦ ਸਿੰਘ ਕਹਿੰਦੇ ਇਹਦਾ ਨਾਂ ਦੀਪ ਹੈ, ਇਹਨੇ ਦੁਨੀਆਂ 'ਤੇ ਬੜੇ ਦੀਪ ਜਗਾਉਣੇ ਨੇ। ਅਤੇ ਅੱਜ ਐਤਵਾਰ ਦੇ ਦਿਨ ਹੋਵੇ 12 ਤੋਂ 4 ਦਾ ਦੁਪਹਿਰ ਦਾ ਸਮਾਂ ਹੁੰਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ, ਅਤੇ ਗੁਰਦੁਆਰਿਆਂ ਦੇ ਹਾਲ ਭਰੇ ਹੁੰਦੇ ਨੇ ਕੈਨੇਡਾ ਅਮਰੀਕਾ ਦੀ ਧਰਤੀ 'ਤੇ। ਗੱਜ ਕਿਹਾ ਖੋਸਾ ਪ੍ਰਤਾਪ ਸਿੰਘ ਜੀ, ਜਗਦੇ ਪਹਿਲਾਂ ਦੀਪ ਕਰਾਂ ਮਾਤਾ ਉੱਥੇ ਵਾਪਰਦੀਆਂ ਨੇ। ਅੱਜ ਕੱਲ੍ਹ ਜਿਹੜੇ ਲੋਕ ਚੁਪਹਿਰਾ ਸਾਹਿਬ 'ਤੇ ਕਿੰਤੂ ਕਰ ਰਹੇ ਬਾਂਦਰ ਮੂਹੇ ਜੇ, ਗੁੱਸਾ ਨਾ ਕਰਿਓ ਜੇ ਸ਼ਬਦ, ਮੈਂ ਫਿਰ ਬੇਨਤੀ ਕਰਾਂ ਕਿੰਤੂ ਕਿਉਂ ਕਰ ਰਹੇ ਨੇ, ਕਦੇ ਗੌਰ ਨਹੀਂ ਕੀਤੀ ਤੁਸੀਂ? ਉਹਦੇ ਵਿੱਚ ਪੜ੍ਹੀ ਜਾਂਦੀ ਹੈ ਚੁਪਈ ਸਾਹਿਬ ਦੀ ਬਾਣੀ, ਉਹਨਾਂ ਨੂੰ ਹੋਰ ਕੋਈ ਵਿਸ਼ਾ ਨਹੀਂ, ਹੋਰ ਵਿਸ਼ੇ 'ਤੇ ਉਹਨਾਂ ਦੇ ਬੁੱਲ ਸੀਤੇ ਜਾਂਦੇ ਨੇ। ਸਾਡੇ ਸਿੰਘਾਂ ਨੂੰ NSA ਲਾ ਕੇ ਡਿਬਰੂਗੜ੍ਹ ਭੇਜਿਆ ਗਿਆ, ਅੰਮ੍ਰਿਤਪਾਲ ਸਿੰਘ, ਵੀਰ ਕਲਸੀ ਸਾਰਿਆਂ ਨੂੰ ਡਿਬਰੂਗੜ੍ਹ ਭੇਜਿਆ ਗਿਆ, ਉਦੋਂ ਜ਼ਬਾਨ ਨਹੀਂ ਖੁੱਲ੍ਹੀ। ਆਹ ਰਾਜ ਸਿੰਘ ਖਾਲਸਾ ਦਾ ਭਰਾ ਟੀਮ ਮੈਂਬਰ ਵੀਰ ਭਾਨਾ, ਕਾਕਾ ਸਿੰਘ ਸਿੱਧੂ ਨਾ ਸ਼ਾਇਦ, ਭਾਨਾ ਸਿੱਧੂ, ਉਹ ਵੀਰ ਆਹ ਨਜਾਇਜ਼ ਪਰਚੇ ਕਰਕੇ ਜੇਲ੍ਹ 'ਚ ਤੱਕਿਆ, ਅੱਜ ਫਿਰ ਉਹਦੇ 'ਤੇ 379 ਵੀ ਆਖੇ ਉਹਨੇ ਕਿਸੇ ਦੀ ਚੈਨੀ ਲਾਈ ਆ। ਮੈਂ ਤਾਂ ਬੇਨਤੀ ਕੀਤੀ ਸੀ MLA ਸਾਹਿਬ ਨੂੰ ਜਾਨ ਨਾ ਦਿਓ, ਮੈਂ ਗੱਲਾਂ ਕਰਨੀਆਂ ਦੋ, ਪਰ ਚਲੇ ਗਏ ਨੇ ਵੀ ਸਰਕਾਰ 'ਚ ਉਹਨਾਂ ਦੀ ਹੈ। MLA ਸਾਹਿਬ ਇੱਥੇ ਹਜ਼ੂਰੀ 'ਚ ਖੜ ਕੇ ਕਹਿ ਦੇਣ ਵੀ ਸੱਚੀ ਲੱਗਦਾ ਤੁਹਾਨੂੰ ਉਹ ਬੰਦੇ ਨੇ 300 ਉਹਨੇ ਗਲੇ 'ਚੋਂ ਚੈਨੀ ਲਾਈ ਹੋਏਗੀ। ਮੈਂ ਕਿਹਾ ਪਰਚਾ ਕੋਈ ਹੋਰ ਚੱਜ ਦਾ ਕਰ ਦਿੰਦੇ, ਮਾਣ ਮਹਿਸੂਸ ਹੁੰਦਾ 379 ਵੀ ਆਹ ਪਰਚਾ ਕਰਦੇ ਹੋ, ਜਿੰਨੇ ਕਰਨੇ ਅਜੇ ਹੋਰ ਵੀ ਹੋ ਸਕਦੇ ਨੇ, ਮੇਰੇ 'ਤੇ ਵੀ ਹੋ ਸਕਦਾ ਕਿਉਂਕਿ ਮੈਂ ਬੋਲਿਆ 2-3 ਵਾਰ ਲਗਾਤਾਰ, ਹੋ ਜਾਣਾ ਕੋਈ ਗੱਲ ਨਹੀਂ। ਪਰ ਜਿਹੜੀ ਮੈਂ ਗੱਲ ਕਰਾਂ ਉਦੋਂ ਦਾ ਮੂੰਹ ਸੀਤਾ ਜਾਂਦਾ ਇਹਨਾਂ ਦਾ, ਨਸ਼ੇ ਕਰਕੇ ਮਰ ਗਏ ਨੇ, ਮੂੰਹ ਸੀਤਾ ਗਿਆ। ਅਸਲ ਵਿੱਚ ਕਾਰਨ ਕੀ ਹੈ ਇਹਨਾਂ ਲੋਕਾਂ ਦੇ ਬੋਲਣ ਦਾ, ਇਹਨਾਂ ਨੂੰ ਚੁਪਹਿਰਾ ਸਾਹਿਬ, ਅੱਛਾ ਇਹ ਕਹਿੰਦੇ ਵੀ ਕਿਤੇ ਹੁਣ ਸ਼ੁਰੂ ਹੋਇਆ। ਗਿਆਨੀ ਜੀ ਕੁਲਵੰਤ ਸਿੰਘ ਜੀ ਬੈਠੇ ਜਨਾਲੇ ਵਾਲੇ ਮੇਰੇ ਨਾਲ, ਉਹਨਾਂ ਦੀ ਉਮਰ 55 ਸਾਲ ਤੋਂ ਉੱਪਰ ਹੋ ਗਈ ਹੈ। ਕਹਿੰਦੇ ਗਿਆਨੀ ਜੀ ਮੈਂ 10-12 ਸਾਲਾਂ ਦਾ, 45 ਸਾਲ ਤਾਂ ਮੈਨੂੰ ਹੋ ਗਏ ਬਾਬਾ ਦੀਪ ਸਿੰਘ ਦੇ ਦਰ 'ਤੇ ਜਦੋਂ ਚੁਪਹਿਰਾ ਸਾਹਿਬ ਸੰਗਤ ਕੱਟਿਆ ਕਰਦੀ, ਨਵਾਂ ਥੋੜ੍ਹੀ ਚੱਲਿਆ ਇਹ ਨਵਾਂ। ਕਿਉਂ ਲੋਕ ਕਿੰਤੂ ਕਰਦੇ ਨੇ? ਕਿਉਂਕਿ ਉਹਦੇ ਵਿੱਚ ਦਸਮ ਪਾਤਸ਼ਾਹ ਦੀ ਬਾਣੀ ਪੜ੍ਹੀ ਜਾਂਦੀ ਹੈ, ਚੁਪਈ ਸਾਹਿਬ ਪੜ੍ਹੀ ਜਾਂਦੀ ਹੈ। ਅਤੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਪਤਾ ਹੈ, ਉਹ ਜਿਹੜੇ ਦਸਮ ਦੀ ਬਾਣੀ ਪੜ੍ਹ ਗਏ ਉਹ ਯੋਧੇ ਬਣ ਜਾਣਗੇ, ਉਹ ਸੂਰਮੇ ਬਣ ਜਾਣਗੇ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਬੋਲਿਆ ਕਰਦੇ ਸੀ, ਕਹਿੰਦੇ ਦਸਮ ਦੀ ਬਾਣੀ ਉਹ ਕਿਸੇ ਕਾਇਰ ਬੰਦੇ ਨੂੰ ਪੜ੍ਹਨੀ ਤਾਂ ਦੂਰ ਦੀ ਗੱਲ, ਉਹ ਸੁਣਨੀ ਵੀ ਬੜੀ ਔਖੀ ਹੈ। ਕਿਉਂਕਿ ਜਦੋਂ ਉਸ ਬਾਣੀ 'ਚ ਪੜ੍ਹਿਆ ਜਾਂਦਾ ਹੈ ਖੰਡ ਭੰਡੰ ਖਲਦਰ ਖੰਡੰ ਅਤਰਣ ਮੰਡੰ ਪ੍ਰਭੰਡੰ ਬੁਜਦੰ ਅਗੰਡੰ ਤੇਜ ਬੁਜੰਡੰ ਜੋਤ ਮੰਡੰ ਭਾਨ ਪ੍ਰਭੰ ਸੁਸੁਤ ਕਰਨੰ ਧਰਮਤ ਤਰਨੰ ਕਿਲੇ ਕਾਰਨੰ ਅਸੰਦਨ ਜਾ 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 ਕਾਰਨ ਸਿਸ਼ਟ ਉਬਾਰਨ ਮਮ ਪ੍ਰਤ ਪਾਰਨ ਜੈ ਤੇਗ। ਫੜਕਦੇ ਨਾ ਦੌੜੇ ਫਿਰ, ਤੇ ਮਾੜੇ ਬੰਦੇ ਨੂੰ ਤੇ ਫਿਰ ਦੌੜਾ ਹੀ ਪੈਣਾ ਲਾਂਡਰਾ ਸਾਹਿਬ। ਜਦੋਂ ਪੜਿਆ ਜਾਂਦਾ ਕਿਤੇ ਕੱਚ ਮੱਚ ਕਿਤੇ ਉਹਨੂੰ ਕੁੱਕਰ ਦਾ ਬੱਚ ਕਿਤੇ ਅੱਜ ਪੱਛ ਵਿੱਚ ਪੱਛ ਉੱਟ ਚਾਹੇਂਗੇ ਕਿਤੇ ਨੂੰ ਵੀ ਚੱਜ ਵਿੱਚ ਕੋ ਕਰਾਂਗੇ ਪੱਛ ਕਿਤੇ ਕੋ ਪ੍ਰਤੱਛ ਸਭ ਜਾਇ ਕਹੇ ਜੇ ਜੇ ਜਲ ਕਾਂਸਲ ਕੋ ਕਹਿੰਦੇ ਕਿ ਕਮ ਕਾ ਕੱਲ ਕੇ ਬਿਨਾਂ ਸਭ ਕਾਲੀ ਚ ਮੰਗੇ ਤੇ ਜਿਉਂਦੇ ਜਮੰਦੇ ਜਸਦੇ ਜੀ ਤਾਈ ਤੇ ਉੱਪਰ ਸਭ ਤਾਈ ਮੈਂ ਸਭਾਏਗੇ ਉਹਨਾਂ ਨੂੰ ਪੜ੍ਹਨੀ ਨਹੀਂ ਆਉਂਦੀ।
ਉਹ ਰੋਣਾ ਤੇ ਇਸੇ ਗੱਲ ਦਾ, ਉਹਨਾਂ ਨੂੰ ਪੜ੍ਹਨੀ ਨਹੀਂ ਆਉਂਦੀ। ਕਖਦਰ ਕਤੀ ਕਟਾਰੀ ਕਲਕ ਕਖਦਰ ਦੀਨ ਤੁਕੰਦ ਰੱਖ ਜਖਦਰ ਲਗੜਦਰ ਬੜਨ ਬੱਜ ਕਖਦਰ ਗੱਜੀ ਮਾ ਗੱਜ ਗੱਜ। ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ ਜਫਰ ਨਮਾ ਕਮਾਲੇ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਹਕੁਰ ਰਹੀਮ, ਜਿਹਦੇ ਵਿੱਚ ਮੇਰੇ ਪਾਤਸ਼ਾਹ ਲਾਂਤਾ ਪਾਉਂਦੇ ਨੇ, ਨਾ ਇਮਾਮ ਪਰਸਤੀ ਨਾ ਉਜ਼ਾਇਦੀ ਨਾ ਸਾਹਿਬ ਨਾਸ਼ੀ ਨਾ ਮੁਹੰਮਦ ਯਕੀਨ ਸਾਸ ਨਮਾਜ਼ ਨਾ ਪਹੁੰਚ ਨਾ ਪਰਚ ਖੁਦਾ ਬੰਦ ਬਖਸ਼ਿੰਦ ਐਸ਼ ਅਸ਼ ਤੁਰਾ ਕਰ ਬਾਬਾ ਕੋਲੇ ਕੁਰਾਨ ਮਾਰੇ। ਕਹਿੰਦੇ ਨਾ ਉਹ ਪੜ੍ਹਨੀ ਨਹੀਂ ਆਉਂਦੀ ਉਹਨਾਂ ਨੂੰ, ਗੱਲ ਰੋਲਾ ਇਸ ਗੱਲ ਦਾ ਉਹਨਾਂ ਨੂੰ ਪੜ੍ਹਨੀ ਔਖੀ ਲੱਗਦੀ। ਤੇ ਕਿੰਤੂ ਇਸ ਕਰਕੇ ਉਹ ਚੁਪਹਿਰਾ ਸਾਹਿਬ ਦੀ ਬਾਣੀ ਤੇ ਕਰਦੇ ਨੇ ਵੀ ਇਹ ਜੇ ਪੜ੍ਹਨ ਲੱਗੇ। ਇੱਕ ਗੱਲ ਯਾਦ ਕਰਿਓ ਜੇ, ਜਿਨ੍ਹਾਂ ਨੇ ਚੁਪਹਿਰਾ ਸਾਹਿਬ ਦੇ ਵਿੱਚ ਬਾਣੀ ਪੜ੍ਹ ਲਈ, ਜਿਨ੍ਹਾਂ ਨੇ ਕੀਤਾ ਕਰਾਮਾਤਾਂ ਉਹਨਾਂ ਦੇ ਘਰਾਂ ਵਿੱਚ ਵਾਪਰੀਆਂ ਨੇ। ਮੈਂ ਦੋ ਕੇਸ ਹੋਣੇ ਦੇ ਮਤਲਬ ਰੀਸੈਂਟਲੀ ਦੋ ਕੇਸਾਂ ਦੀ ਗੱਲ ਕਰਾਂ ਤੇ ਮੇਰੇ ਪਰਿਵਾਰ ਦੇ ਵਿੱਚ, ਮੇਰੇ ਪਰਿਵਾਰ ਦੇ ਵਿੱਚ ਛੇਵਾਂ ਮਹੀਨਾ ਸੀ ਸਾਡੇ ਭਰਜਾਈ ਜੀ, ਮੈਂ ਆਪਣੇ ਘਰ ਦੀ ਗੱਲ ਕਰ ਲੈਂਦਾ, ਪਰਿਵਾਰ ਦੇ ਵਿੱਚ ਡਾਕਟਰਾਂ ਨੇ ਜਵਾਬ ਦਿੱਤਾ ਹੋਇਆ ਸੀ ਤੇ ਛੇਵੇਂ ਮਹੀਨੇ ਜਾ ਕੇ ਪਤਾ ਲੱਗਾ ਵੀ ਗੁਰੂ ਸਾਹਿਬ ਨੇ ਦਾਤ ਦਿੱਤੀ ਹੋਈ ਚੋਲੀ ਸ਼ਹੀਦਾਂ ਨੇ। ਇੱਥੇ ਬੱਚੇ ਦਾ ਤੇ ਦੂਜੇ ਤੀਜੇ ਮਹੀਨੇ ਮੂਵਮੈਂਟ ਪਤਾ ਲੱਗ ਜਾਂਦੀ ਹੈ, ਬੱਚੇ ਦਾ ਮੂਵਮੈਂਟ ਛੇਵੇਂ ਮਹੀਨੇ ਦਾ, ਛੇਵੇਂ ਮਹੀਨੇ ਜਾ ਕੇ ਇੱਕ ਇਹਦੀ, ਕਿਉਂਕਿ ਉਹ ਬਾਣੀ ਪੜ੍ਹਨ ਲੱਗ ਗਏ ਸੀ, ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਲੱਗ ਗਏ ਸੀ। ਇੱਕ ਮੈਂ ਬੇਨਤੀ ਕਰਾਂ ਸੰਗਤ ਜੀ, ਅਖੀਰ 'ਚ ਬਾਣੀ ਦੇ ਲੜ ਲੱਗ ਜਾਓ, ਬਸ ਮੂਲ ਮੰਤਰ ਦਾ ਅਭਿਆਸ ਕਰਿਆ ਕਰੋ, ਨਹੀਂ ਲੰਮਾ ਸਮਾਂ ਬੈਠਿਆ ਜਾਂਦਾ। ਅੱਜ ਇੱਕ ਗੱਲ ਮੇਰੀ ਪੱਲੇ ਬੰਨ ਕੇ ਜਾਓ ਜੇ, ਮੂਲ ਮੰਤਰ ਤੋਂ ਉੱਪਰ ਕੋਈ ਵੱਡੀ ਦਾਤ ਨਹੀਂ। ਜਿਨ੍ਹਾਂ ਵੀ ਮਹਾਂਪੁਰਖਾਂ ਨੇ ਅਭਿਆਸ ਕੀਤੇ ਨੇ, ਬਾਬਾ ਆਨੰਦ ਸਿੰਘ ਜੀ, ਬਾਬਾ ਅਤਰ ਸਿੰਘ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ, ਜਿੰਨੇ ਵੀ ਮਹਾਂਪੁਰਖ ਹੋਏ ਨੇ, ਹਜ਼ੂਰ ਸਾਹਿਬ ਦੀ ਧਰਤੀ 'ਤੇ ਜਾ ਕੇ ਮੂਲ ਮੰਤਰ ਦਾ ਅਭਿਆਸ ਕਰਦੇ ਨੇ। ਮੂਲ ਮੰਤਰ ਹਰਨਾਮ ਰਸਾਇਣ। ਅੱਜ ਇੱਕ ਗੱਲ ਛੋਟੇ ਭਰਾ ਦੀ ਪੱਲੇ ਬੰਨ ਕੇ ਜਾਇਓ ਜੇ, ਜੇ ਮੈਂ ਭਾਵਨਾ ਨਾਲ ਕਹਿਣ ਲੱਗਾ, 108 ਮਣਕਿਆਂ ਦੀ ਇੱਕ ਮਾਲਾ ਹੁੰਦੀ। ਮੈਂ ਤੁਹਾਨੂੰ ਮਾਲਾ ਨਾਲ ਨਹੀਂ ਜੋੜਨਾ, ਉਹ ਇੱਕ ਬਹਾਨਾ ਹੈ, ਗਿਣਤੀ ਵੀ ਨਹੀਂ ਆਪਾਂ ਕਰਨੀ, ਪਰ ਇੱਕ ਨਿਯਮ ਰੱਖਣਾ ਪੈਣਾ ਨਿਯਮ। ਹੁਣ ਆ ਵੀਰ ਨੇ ਜਦੋਂ ਸਾਊਂਡ ਸਿੱਖਣ ਲੱਗੇ ਹੋਣਗੇ, ਇਕੱਲੀ ਇਕੱਲਾ ਬਟਨ ਲਿਖਿਆ ਹੁੰਦਾ, ਆ ਇਹ ਹੈ ਇਹਨੂੰ ਇੰਨਾ ਕਰਨਾ, ਜਦੋਂ ਹੱਥ ਚੱਲ ਪਿਆ ਵੇਖਣ ਦੀ ਲੋੜ ਨਹੀਂ, ਅੱਖਾਂ ਬੰਦ ਕਰਕੇ ਕਰਦੇ ਨੇ, ਪ੍ਰੈਕਟੀਕਲ ਹੋ ਗਿਆ, ਅਭਿਆਸ ਹੋ ਗਿਆ। ਇੱਕ ਨਿਯਮ ਅੱਜ ਪੱਲੇ ਬੰਨ ਕੇ ਲੈ ਕੇ ਜਾਓ, ਜਿਹੜੇ ਕਰ ਸਕਦੇ ਨੇ ਉਹਦੇ ਬਚਨ ਦਾਅਵੇ ਨਾ ਕਰਨ ਲੱਗਾ। 108 ਮਣਕਿਆਂ ਦੀ ਇੱਕ ਮਾਲਾ, 108 ਵਾਰੀ ਫੇਰਨੀ, ਮਤਲਬ ਮੂਲ ਮੰਤਰ ਦਾ ਜਾਪ ਕਰਨਾ ਹੈ 108 ਵਾਰੀ, ਔਰ ਓਨੇ ਟਾਈਮ 'ਚ 10 ਤੋਂ 15 ਮਿੰਟ ਦਾ ਟਾਈਮ ਲੱਗਦਾ, ਬੋਲਣਾ ਨਹੀਂ, ਮਤਲਬ ਅਖੰਡ ਨਹੀਂ ਕਰਨਾ ਮਾਲਾ ਨੂੰ, ਖੰਡਿਤ ਨਹੀਂ ਕਰਨਾ, ਮਤਲਬ ਬੋਲਣਾ ਨਹੀਂ। 10 ਮਿੰਟ ਲੱਗਣ, 15 ਮਿੰਟ ਲੱਗਣ, 20 ਮਿੰਟ ਲੱਗਣ, 5 ਮਿੰਟ ਲੱਗਣ, ਬੋਲਣਾ ਨਹੀਂ। ਇੱਕ ਮਾਲਾ ਦਿਨ 'ਚ ਇੱਕ ਵਾਰ, ਵੱਧ ਜਿੰਨੀ ਮਰਜ਼ੀ ਕਰ ਲਓ। 1 ਸਾਲ 365 ਦਿਨ, 365 ਦਿਨ 'ਚ ਸੂਰਜ ਦਾ ਧਰਤੀ ਦਾ ਗੇੜਾ ਵੀ ਲਾਉਂਦੇ, ਧਰਤੀ ਗੇੜਾ ਲਾਉਂਦੀ ਹੈ, 365 ਦਿਨ ਬਿਨਾਂ ਨਾਗੇ, ਨਾਗਾ ਨਹੀਂ ਪਾਉਣਾ, ਪਹਿਲਾਂ ਸੁਣ ਲਓ। ਜਿਹੜੇ ਧੀ, ਜਿਹੜੀ ਮਾਂ, ਜਿਹੜੇ ਭਰਾ, ਜਿਹੜੇ ਬਜ਼ੁਰਗ ਨੇ ਇਹ ਕਰ ਲਿਆ, ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਤਰ ਕੇ ਕਹਿ ਰਿਹਾ, ਖੇਡਾਂ ਵੇਖਿਓ ਘਰ ਦੇ ਵਿੱਚ ਕਿਵੇਂ ਵਾਪਰਦੀਆਂ ਨੇ, ਕਿਵੇਂ ਕੌਤਕ ਵਾਪਰਦੇ ਨੇ, ਅਤੇ ਕੀ ਗੁਰੂ ਸਾਹਿਬ ਚੋੜੀਆਂ ਭਰਦੇ ਨੇ। ਇਹ ਤਾਂ ਗੁਰੂ ਦੇ ਦਰ ਤੋਂ ਮੰਗਣਾ, ਬਸ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਜੁੜੋ ਬਾਣੀ ਦੇ ਨਾਲ, ਬਾਣੇ ਦੇ ਨਾਲ। ਮੈਂ ਪ੍ਰਚਾਰਕਾਂ ਨੂੰ ਵੀ ਬੇਨਤੀ ਕਰਾਂ, ਭਾਈ ਸੰਗਤ ਨੂੰ ਬਾਣੀ ਅਭਿਆਸ ਨਾਲ ਜੋੜਿਆ ਕਰੋ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ।